ਇੱਕ 17 ਬੰਦਿਆਂ ਦਾ ਤੇ ਪਤਾ ਨਹੀਂ ਹੋਰ ਕਿੰਨੇ ਦਾ ਕਾਤਲ ਆਦਮੀ ਉਹਦੀ ਭੁੱਖ ਹੜਤਾਲ ਤੇ ਕਿਸੇ ਨੂੰ ਕੀ ਫਰਕ ਪੈਂਦਾ ਏ ਵੀ ਭਾਈ ਜਿੱਦਣ ਤੂੰ ਇਸ ਕੋਰਟ ਨੂੰ ਮੰਨ ਲੇਗੀ ਇਸ ਕਾਨੂੰਨ ਨੂੰ ਮੰਨ ਲੇਗੀ ਸੰਵਿਧਾਨ ਨੂੰ ਮੰਨ ਲੇਗਾ ਤੇਰਾ ਭਰਾ ਤੇ ਉਦਣ ਸਾਰਾ ਦੇਸ਼ ਉਹਦੇ ਨਾਲ ਹੋ ਜਾਏਗਾ ਪਰ ਜਿਹੜੇ 17 ਬੰਦੇ ਜਾਂ ਉਦੋਂ ਪਹਿਲਾਂ ਉਹਨਾਂ ਨੇ ਬੰਬਾਂ ਨਾਲ ਮਾਰੇ ਉਹਨਾਂ ਦੇ ਪਰਿਵਾਰ ਕਿੱਥੇ ਜਾਣ ਉਸ ਰਾਜੋਆਣੇ ਨੇ ਕਿਹਾ ਸੀ ਵੀ ਨਾ ਮੈਂ ਕਦੇ ਵਕੀਲ ਕਰਨਾ ਨਾ ਮੈਂ ਵਕੀਲ ਕਦੇ ਕੀਤਾ ਤੇ ਅੱਜ ਵੀ ਤਾਂ ਸਰਕਾਰ ਕਾਂਗਰਸ ਦੀ ਆ ਪੰਜਾਬ ਦੇ ਵਿੱਚ ਅੱਜ ਵੀ ਤਾਂ ਸਰਕਾਰ ਕਾਂਗਰਸ ਦੀ ਆ ਹੁਣ ਵਕੀਲ ਕਰਨ ਨੂੰ ਕਿਉਂ ਜੀ ਕਰਿਆ ਆ ਹੁਣ ਕਿਉਂ ਡਰ ਗਏ ਮੇਰਾ ਸਵਾਲ ਆ ਤੁਹਾਡੇ ਨਾਲ ਹੀ ਰਾਜੋਆਣਾ ਸਾਹਿਬ ਪਹਿਲਾਂ ਤਾਂ ਬੜੇ ਸ਼ੇਰ ਬਣਦੇ ਸੀ ਹੁਣ ਕਿਉਂ ਭੁੱਖ ਹੜਤਾਲਾਂ ਆਪਣੀਆਂ ਰੱਖਣ ਦੇ ਜਾਨ ਬਖਸ਼ਣ ਨੂੰ ਜਦੋਂ ਦੂਜਿਆਂ ਨੂੰ ਮਾਰਿਆ ਸੀ ਉਦੋਂ ਨਹੀਂ ਤੈਨੂੰ ਤਰਸ ਆਇਆ ਸੀ ਕਿਸੇ ਤੇ ਤੇ ਰਾਜੋਆਣਾ ਸਾਹਿਬ ਕੋਲ ਵੀ ਮੈਨੂੰ ਲੱਗਦਾ ਹੁਣ ਬੈਂਕ ਬੈਲੈਂਸ ਆ ਜਿਹੜਾ ਦੁਬਾਰਾ ਖਤਮ ਹੋ ਗਿਆ ਏ ਤੇ ਉਹ ਕਿਵੇਂ NRI ਬਾਹਰੋਂ ਫੰਡ ਭੇਜਣ ਕਿਵੇਂ ਜਿਹੜੀਆਂ ਏਜੰਸੀਆਂ ਫੰਡ ਭੇਜਣ ਉਹ ਭੁੱਖ ਹੜਤਾਲ ਉਸ ਕਰਕੇ ਰੱਖਦੇ ਆ ਵੀ ਸਾਲ ਕੁ ਨਿਕਲ ਜਾਂਦਾ ਏ ਚੰਗਾ ਸੋਹਣਾ ਨਿਕਲ ਜਾਂਦਾ ਫੰਡ ਫੁੰਡ ਚੰਗਾ ਬਾਹਰੋਂ ਆ ਜਾਂਦਾ ਏ ਗਿਆਰਾਂ ਜਨਵਰੀ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਕਰਨ ਦੇ ਫੈਸਲੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੰਗਾਰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਭੁੱਖ ਹੜਤਾਲ ਕਰਨ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਉਹਨਾਂ ਨੇ ਸਵਾਲ ਉਠਾਏ ਕਿ 17 ਬੰਦਿਆਂ ਦਾ ਕਾਤਲ ਰਾਜੋਆਣਾ ਹੁਣ ਸਜ਼ਾ ਮਾਫ਼ੀ ਦੀ ਉਮੀਦ 'ਚ ਭੁੱਖ ਹੜਤਾਲ ਕਿਉਂ ਕਰ ਰਿਹਾ ਜਦਕਿ ਉਹ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ 'ਚ ਭਰੋਸਾ ਹੀ ਨਹੀਂ ਕਰਦਾ ਇਸ ਦੇ ਨਾਲ ਉਹਨਾਂ ਨੇ ਰਾਜੋਆਣਾ ਅਤੇ ਉਸਦੀ ਭੈਣ ਉੱਤੇ ਆਰੋਪ ਲਗਾਉਂਦਿਆਂ ਕਿਹਾ ਕਿ ਹੁਣ ਉਹਨਾਂ ਦੋਨਾਂ ਕੋਲ ਪੈਸੇ ਖਤਮ ਹੋ ਗਏ ਨੇ ਇਸ ਲਈ ਉਹ ਹੁਣ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਲਈ ਅਜਿਹਾ ਕਰ ਰਿਹਾ ਹੈ ਇੱਕ 17 ਬੰਦਿਆਂ ਦਾ ਤਾਂ ਪਤਾ ਨਹੀਂ ਹੋਰ ਕਿੰਨੇ ਦਾ ਕਾਤਲ ਆਦਮੀ ਉਹਦੀ ਭੁੱਖ ਹੜਤਾਲ 'ਤੇ ਕਿਸੇ ਨੂੰ ਕੀ ਫਰਕ ਪੈਂਦਾ ਹੈ ਇੰਟਰਵਿਊਆਂ 'ਚ ਉਹ ਬੀਬੀ ਮੈਂ ਦੇਖ ਰਿਹਾ ਸੀ ਕਹਿ ਰਿਹਾ ਸਾਡੀ ਸਤਿਕਾਰਯੋਗ ਉਹ ਭੈਣ ਬਣੀ ਇੱਕ ਅੱਤਵਾਦੀ ਦੀ ਜਿਹਨੇ ਇਸ ਕੋਰਟ ਇਸ ਕਾਨੂੰਨ ਨੂੰ ਨਹੀਂ ਮੰਨਿਆ ਸੰਵਿਧਾਨ ਨੂੰ ਨਹੀਂ ਮੰਨਿਆ ਅਸੀਂ ਤਾਂ ਹਮੇਸ਼ਾ ਕਿਹਾ ਹੈ ਵੀ ਭਾਈ ਜਿੱਦਣ ਤੂੰ ਇਸ ਕੋਰਟ ਨੂੰ ਮੰਨ ਲੇਗੀ ਇਸ ਕਾਨੂੰਨ ਨੂੰ ਮੰਨ ਲੇਗੀ ਸੰਵਿਧਾਨ ਨੂੰ ਮੰਨ ਲੇਗਾ ਤੇਰਾ ਭਰਾ ਤੇ ਉਦਣ ਸਾਰਾ ਦੇਸ਼ ਉਹਦੇ ਨਾਲ ਹੋ ਜਾਏਗਾ ਪਰ ਹਜੇ ਤੱਕ ਜਿਹੜੇ ਤੁਸੀਂ ਇਹ ਇਕੱਲੇ ਦੀ ਇਹ ਗੱਲ ਕਰ ਰਹੇ ਹੋ ਵੀ ਭੁੱਖ ਹੜਤਾਲ 'ਤੇ ਬਹਿ ਜਾਏਗਾ ਉਹ ਵੀ 17 ਬੰਦੇ ਜਿਹੜੇ ਨਾਲ ਬੰਬ ਬਲਾਸਟ ਦੇ ਸਰਦਾਰ ਬੇਅੰਤ ਸਿੰਘ ਤਾਂ ਚਲੋ ਠੀਕ ਹੋ ਗਏ ਅਤੇ ਜਿਹੜੇ ਨਾਲ ਕੋਈ ਡਾਕਟਰ ਸੀ ਕੋਈ PN ਸੀ ਕੋਈ ਕੌਂਸਟੇਬਲ ਸੀ ਕੋਈ ਹੌਲਦਾਰ ਸੀ ਕੋਈ MLA ਸੀ ਉਹਨਾਂ ਦੇ ਬੱਚੇ ਅੱਜ ਕੀ ਕਰ ਰਹੇ ਆ ਉਹ ਕਿੱਥੇ ਜਾਣ ਇਹ ਬੀਬੀ ਨਾਲ ਇਹ ਵੀ ਤਾਂ ਜਵਾਬ ਦੇ ਦੇਣਾ ਵੀ ਉਹ 17 ਜਿਹੜੇ ਬੰਦੇ ਸ਼ਹੀਦ ਹੋਏ ਸੀ ਚਲੋ ਉਹ ਤਾਂ ਚੀਫ ਮਿਨਿਸਟਰ ਸੀਗੇ ਪਰ ਜਿਹੜੇ 17 ਬੰਦੇ ਜਾਂ ਉਦੋਂ ਪਹਿਲਾਂ ਉਹਨਾਂ ਨੇ ਬੰਬਾਂ ਨਾਲ ਮਾਰੇ ਉਹਨਾਂ ਦੇ ਪਰਿਵਾਰ ਕਿੱਥੇ ਜਾਣ ਅਤੇ ਤੂੰ ਅੱਜ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਪੀਲ ਆ ਜਿਹੜੀ ਉਸ ਰਾਜੋਆਣੇ ਨੇ ਕਿਹਾ ਸੀ ਵੀ ਨਾ ਮੈਂ ਕਦੇ ਵਕੀਲ ਕਰਨਾ ਨਾ ਮੈਂ ਵਕੀਲ ਕਦੇ ਕੀਤਾ ਅਤੇ ਅੱਜ ਵੀ ਤਾਂ ਸਰਕਾਰ ਕਾਂਗਰਸ ਦੀ ਆ ਪੰਜਾਬ ਦੇ ਵਿੱਚ ਅੱਜ ਵੀ ਤਾਂ ਸਰਕਾਰ ਕਾਂਗਰਸ ਦੀ ਆ ਹੁਣ ਵਕੀਲ ਕਰਨ ਨੂੰ ਕਿਉਂ ਜੀ ਕਰਿਆ ਆ ਹੁਣ ਕਿਉਂ ਡਰ ਗਏ ਮੇਰਾ ਸਵਾਲ ਆ ਤੁਹਾਡੇ ਨਾਲ ਹੀ ਰਾਜੋਆਣਾ ਸਾਹਿਬ ਪਹਿਲਾਂ ਤਾਂ ਬੜੇ ਸ਼ੇਰ ਬਣਦੇ ਸੀ ਹੁਣ ਕਿਉਂ ਭੁੱਖ ਹੜਤਾਲਾਂ ਆਪਣੀਆਂ ਰੱਖਣ ਦੇ ਜਾਨ ਬਖਸ਼ਣ ਨੂੰ ਜਦੋਂ ਦੂਜਿਆਂ ਨੂੰ ਮਾਰਿਆ ਸੀ ਉਦੋਂ ਨਹੀਂ ਤੈਨੂੰ ਤਰਸ ਆਇਆ ਸੀ ਕਿਸੇ 'ਤੇ ਉਦੋਂ ਨਹੀਂ ਤੁਹਾਨੂੰ ਰਹਿਮ ਆਇਆ ਸੀ ਵੀ ਕਿੰਨੇ ਬੱਚਿਆਂ ਦੇ ਬਾਪ ਇਹਦੇ ਨਾਲ ਬੱਚੇ ਅਨਾਥ ਹੋਣਗੇ ਕਿੰਨੀਆਂ ਮਾਵਾਂ ਵਿਧਵਾ ਹੋਣਗੀਆਂ ਕਿੰਨੀਆਂ ਭੈਣਾਂ ਵਿਧਵਾਵਾਂ ਹੋਣਗੀਆਂ ਕਿੰਨਿਆਂ ਦੇ ਬੱਚੇ ਜਾਣਗੇ ਉਦੋਂ ਨਹੀਂ ਯਾਦ ਸੀ ਅੱਜ ਆਪਣੀ ਜਾਨ ਬਚਾਉਣ ਲਈ ਭੈਣ ਨੂੰ ਵੀ ਯਾਦ ਆ ਅਤੇ ਰਾਜਿਆਂ ਨੂੰ ਵੀ ਭੁੱਖ ਹੜਤਾਲ ਆ ਇਹ ਕਿਹਨੂੰ ਡਰਾਉਂਦੇ ਹੋ ਤੁਸੀਂ ਭੁੱਖ ਹੜਤਾਲ ਰੱਖ ਕੇ 100 ਵਾਰ ਰੱਖੋ ਭੁੱਖ ਹੜਤਾਲ ਉੱਥੇ ਤੱਕ ਦੁਬਾਰਾ ਰਾਜੋਆਣੇ ਦੀ ਗੱਲ ਆ ਉਹ 11 ਤਰੀਕ ਨੂੰ ਬਿਲਕੁਲ ਭੁੱਖ ਹੜਤਾਲ ਰੱਖਣ ਬਿਲਕੁਲ ਪਿੱਛੇ ਨਾ ਹਟਣ ਮੈਂ ਇਹ ਗੱਲ ਸੁਣ ਰਿਹਾ ਸੀ ਵੀ SGPC ਵਾਲੇ ਅਤੇ ਅਕਾਲੀ ਦਲ ਵਾਲੇ ਉਹਨਾਂ ਨੂੰ ਉਹ ਵਾਰ ਵਾਰ ਕਹਿ ਰਹੀ ਆ ਵੀ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਬਈ ਕਾਨੂੰਨ ਜਿਹੜਾ ਏ ਰਾਸ਼ਟਰਪਤੀ ਜੀ ਕੋਲ ਅਪੀਲ ਉਦੋਂ ਜਾਂਦੀ ਆ ਜਦੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਉਹ ਗੱਲ ਮੋਹਰ ਲੱਗ ਜੇ ਉਹਨੂੰ ਸਜ਼ਾ ਮਿਲ ਜੇ ਅਤੇ ਹੁਣ ਉਹ ਅਪੀਲ ਰਾਸ਼ਟਰਪਤੀ ਜੀ ਕੋਲ ਆ ਅਤੇ ਤੁਸੀਂ ਉਹ ਤੁਹਾਡੇ SGPC ਨੇ ਪਾਈ ਹੋਈ ਆ ਅਪੀਲ ਨਾਲੇ ਬੀਬੀ ਨੂੰ ਇਹ ਪੁੱਛੇ ਬੀਬੀ ਇਹ ਵੋਟਾਂ ਦੀ ਗੱਲ ਹੁੰਦੀ ਆ ਵੋਟਾਂ ਮਿਲੇ ਤੁਸੀਂ ਬਿਆਨ ਵੀ ਹੁਣ ਜਿਹੜੇ BJP ਨੇ ਅਕਾਲੀ ਦਲ ਨੇ ਲੈਣੇ ਸੀ ਉਹ ਬਿਆਨ ਲੈ ਲਏ ਥੋਤੋਂ ਜਿੰਨੀਆਂ ਕੁ ਪਾਰਲੀਮੈਂਟ 'ਚ ਲੈਣੀਆਂ ਸੀ ਵਿਧਾਨ ਸਭਾ 'ਚ ਲੈਣੀਆਂ ਸੀ ਉਹ ਉਹਨਾਂ ਨੇ ਥੋਤੋਂ ਜਿੰਨਾ ਕੁ ਬਾਹਰੋਂ ਫੰਡ ਆਉਣਾ ਸੀ ਵੋਟਾਂ ਤਾਂ ਕਿਹੜੀਆਂ ਏ ਪਰ ਬੀਬੀ ਦੇ ਕੋਲ ਵੀ ਅਤੇ ਰਾਜੋਆਣਾ ਸਾਹਿਬ ਕੋਲ ਵੀ ਮੈਨੂੰ ਲੱਗਦਾ ਹੁਣ ਬੈਂਕ ਬੈਲੈਂਸ ਆ ਜਿਹੜਾ ਦੁਬਾਰਾ ਖਤਮ ਹੋ ਗਿਆ ਏ ਅਤੇ ਉਹ ਕਿਵੇਂ NRI ਬਾਹਰੋਂ ਫੰਡ ਭੇਜਣ ਕਿਵੇਂ ਜਿਹੜੀਆਂ ਏਜੰਸੀਆਂ ਫੰਡ ਭੇਜਣ ਉਹ ਭੁੱਖ ਹੜਤਾਲ ਉਸ ਕਰਕੇ ਰੱਖਦੇ ਆ ਵੀ ਸਾਲ ਕੁ ਨਿਕਲ ਜਾਂਦਾ ਏ ਚੰਗਾ ਸੋਹਣਾ ਨਿਕਲ ਜਾਂਦਾ ਫੰਡ ਫੁੰਡ ਚੰਗਾ ਬਾਹਰੋਂ ਆ ਜਾਂਦਾ ਏ ਅਤੇ ਹੁਣ ਆ ਭੁੱਖ ਹੜਤਾਲ ਆ ਤੁਸੀਂ ਦੇਖ ਲਿਓ ਫਿਰ ਆ ਕੇ ਜਿਹੜੇ ਬਾਹਰ ਗਰਮ ਦਲੀਏ ਬੈਠੇ ਆ ਜਾਂ ਉਹ ਏਜੰਸੀਆਂ ਬੈਠੀਆਂ ਜੋ 2020 ਵਾਲੇ ਉਹ ਪਿੱਛੇ ਜਿਹੜੇ ਬਾਲ ਰੱਖਦੇ ਆ
ਉਹ ਹੋਰ ਪੈਸਾ ਪੂਸਾ ਬੀਬੀ ਨੂੰ ਭੇਜ ਦੇਣਗੇ ਖਾਤਿਆਂ 'ਚ ਅਤੇ ਰਾਜੋਆਣਾ ਸਾਹਿਬ ਭੁੱਖ ਹੜਤਾਲ ਖਤਮ ਕਰ ਲੈਣਗੇ। ਗੱਲ ਤਾਂ ਇੰਨੀ ਆ। ਸਾਂਸਦ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਉਹਨਾਂ ਦੀ ਭੈਣ ਵੱਲੋਂ ਇਸ ਉੱਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ। ਲੁਧਿਆਣਾ ਤੋਂ ਚੈਨਲ ਵਾਈ ਦੇ ਲਈ ਰਜਿੰਦਰ ਅਰੋੜਾ ਦੀ ਰਿਪੋਰਟ।